ਸਾਡੀ ਵਾਰਤਾਲਾਪ ਦਾ ਵਿਸ਼ਾ ਹੈ ਅਮਲੀ ਕਿਰਦਾਰ ਦਾ ਫਲ ਗੁਰਮਤ ਇਨਕਲਾਬ ਹੈ। ਕਿਉਂ ਜਥੇਦਾਰਨੀ ਜੀ, ਕਈ ਵਾਰੀ ਪੜ੍ਹ ਸੁਣ ਕੇ ਬੜਾ ਮਹਿਸੂਸ ਹੁੰਦਾ ਜਦੋਂ ਕੋਈ ਸੱਜਣ ਕਹਿੰਦਾ ਕਿ ਸਿਰਫ ਲਿਖਣ ਅਤੇ ਬੋਲਣ ਨਾਲ ਗੁਰਮਤ ਇਨਕਲਾਬ ਨਹੀਂ ਆਉਣਾ, ਇਸ ਵਿੱਚ ਬਦਲਾਵ ਹੋਣਾ ਚਾਹੀਦਾ ਹੈ। ਮੈਂ ਕਿਹਾ, ਤੁਹਾਡਾ ਕੀ ਖਿਆਲ ਹੈ? ਪਹਿਲਾਂ ਤੁਸੀਂ ਦੱਸੋ ਕਿ ਲੇਖਾਂ ਅਤੇ ਭਾਸ਼ਣਾਂ ਤੋਂ ਅੱਗੇ ਤੁਸੀਂ ਕੀ ਬਦਲਾਵ ਕਰ ਸਕਦੇ ਹੋ? ਇਹੋ ਕੁੰਡੀ ਖੋਲਣ ਲਈ ਤਾਂ ਜਥੇਦਾਰਨੀ ਜੀ, ਮੈਂ ਤੁਹਾਡੇ ਅੱਗੇ ਇਹ ਸਵਾਲ ਪਾਇਆ ਹੈ। ਪਹਿਲੀ ਗੱਲ, ਇਹ ਸਵਾਲ ਉੱਠਦਾ ਕਿਉਂ ਹੈ? ਕਿਉਂਕਿ ਸਾਡੇ ਬਹੁਗਿਣਤੀ ਦੇ ਅਮਲੀ ਜੀਵਨ ਚੋਂ ਘਾਟ ਰੜਕਦੀ, ਜਿਨ੍ਹਾਂ ਬਾਰੇ ਕਿਹਾ ਜਾਂਦਾ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਜਾਂ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਕਿਉਂਕਿ ਗੁਰਮਤ ਵਿੱਚ ਸਭ ਤੋਂ ਉੱਪਰ ਸੱਚ ਆਚਾਰ ਹੈ। ਸਮਾਜ ਦੇ ਸਾਹਮਣੇ ਕੁਝ ਧਾਰਮਿਕ ਅਤੇ ਰਾਜਨੀਤਿਕ ਲੋਕ ਹਨ, ਜਾਂ ਕੁਝ ਅਫਸਰਸ਼ਾਹੀ ਜਾਂ ਸਮਾਜਿਕ ਆਗੂ, ਜਿਨ੍ਹਾਂ ਤੋਂ ਬਹੁਗਿਣਤੀ ਸੰਤੁਸ਼ਟ ਨਹੀਂ ਆ, ਇਸ ਲਈ ਪ੍ਰਸ਼ਨ ਉੱਠਦਾ। ਪਰ ਕੀ ਫਿਰ ਲਿਖਣਾ ਤੇ ਬੋਲਣਾ ਵੀ ਛੱਡ ਦੇਣਾ ਚਾਹੀਦਾ ਹੈ? ਦੇਖੋ, ਲਿਖਤਾਂ ਤੇ ਭਾਸ਼ਣ ਤਾਂ ਕੌਮੀ ਲੋੜ ਹੁੰਦੀ ਆ, ਕਿਉਂਕਿ ਗਿਆਨ ਅਤੇ ਪ੍ਰੇਰਣਾ ਦਾ ਆਧਾਰ ਚੰਗੀਆਂ ਲਿਖਤਾਂ ਹੀ ਬਣਦੀਆਂ ਤੇ ਕੌਮੀ ਜਾਗ੍ਰਿਤੀ ਲਈ ਕਥਾ ਵਿਖਿਆਨ, ਸੈਮੀਨਾਰ, ਚਰਚਾ, ਸੰਗਤ ਦੀ ਪ੍ਰੇਰਣਾ ਸਰੋਤ ਬਣਦੀ ਆ। ਇਹਦੇ ਵਿੱਚ ਬਦਲਾਵ ਨਹੀਂ, ਅੱਗੇ ਵਿਕਾਸ ਦੀ ਲੋੜ ਆ। ਵਿਕਾਸ ਹਰ ਗਿਆਨਵਾਨ ਨੇ ਖੁਦ ਕਰਨਾ ਆ। ਗੁਰੂ ਪਿਆਰਿਆ, ਦੁਨੀਆਂ ਦਾ ਇੱਕ ਦਸਤੂਰ ਆ ਕਿ ਕੁੱਲੀ ਗੁੱਲੀ ਜੁੱਲੀ ਲਈ ਤਾਂ ਹਰ ਕੋਈ ਆਪਣਾ ਪੂਰਾ ਤਾਣ ਲਾਉਂਦਾ, ਪਰ ਧਰਮ ਦੇ ਮਸਲੇ ਜਦੋਂ ਕੋਈ ਪੂਰਾ ਨਹੀਂ ਉਤਰਦਾ ਤਾਂ ਦੋਸ਼ ਦੂਜਿਆਂ ਤੇ ਮੜ ਕੇ ਖੁਦ ਸੁਰਖਰੂ ਹੋਣਾ ਚਾਹੁੰਦਾ। ਇਸ ਗੱਲ ਨਾਲ ਮੈਂ ਸਹਿਮਤ ਹਾਂ। ਕੱਲ ਧਰਮ ਸਿੰਘ ਲੰਬੜਦਾਰ ਕਹਿੰਦਾ ਸੀ ਕਿ ਪਤਿਤ ਪੁਣਾ ਤੇ ਦਸ਼ਾ ਪੰਜਾਬ ਚੋਂ ਹੱਦੋਂ ਟੱਪ ਗਿਆ। ਦੱਸੋ, ਧਰਮ ਪ੍ਰਚਾਰ ਕਮੇਟੀਆਂ ਤੇ ਹੋਰ ਸੰਭਾਵਾਂ ਕੀ ਕਰਦੀਆਂ? ਹੁਣ ਉਹਦੇ ਦੋਨਾਂ ਮੁੰਡਿਆਂ ਦੇ ਸਿਰ ਮੁੰਨੇ ਆ। ਮੈਂ ਕਹਿ ਬੈਠੀ, ਲੰਬੜਦਾਰ ਜੀ, ਸਿੱਖ ਹੋਣ ਦੇ ਨਾਤੇ ਸਾਡੇ ਵੀ ਤਾਂ ਕੁਝ ਫਰਜ਼ ਹੁੰਦੇ ਹਨ। ਜੇ ਤੁਸੀਂ ਆਪਣੇ ਦੋਨਾਂ ਮੁੰਡਿਆਂ ਨੂੰ ਸਿੱਖਿਅਤ ਕਰਕੇ ਸਾਬਤ ਸੂਰਤ ਨਹੀਂ ਰੱਖ ਸਕੇ, ਤਾਂ ਹੁਣ ਤੁਹਾਡੇ ਦੋਨਾਂ ਮੁੰਡਿਆਂ ਦੇ ਜੁੜੇ ਕਮੇਟੀਆਂ ਦੇ ਪ੍ਰਧਾਨ ਕਰਕੇ ਜਾਇਆ ਕਰਨ। ਫਿਰ ਉਹ ਕਹਿੰਦਾ, ਗੱਲ ਤਾਂ ਤੇਰੀ ਵੀ ਠੀਕ ਹੈ। ਬਸ ਇਹੋ ਹੀ ਸਾਡੇ ਸਮਾਜ ਦਾ ਦੁਖਾਂਤ ਆ। ਤੁਸੀਂ ਸੰਸਾਰੀ ਪੜ੍ਹਾਈ ਦੀ ਗੱਲ ਕਰੋ ਤਾਂ ਹਰ ਭਾਸ਼ਾ ਦੇ ਅੱਖਰੀ ਗਿਆਨ ਤੋਂ ਲੈ ਕੇ ਭਾਵ BA, MA, PhD ਜਾਂ ਹੋਰ ਡਿਪਲੋਮੇ ਡਿਗਰੀਆਂ ਦਾ ਆਧਾਰ ਚੰਗੀਆਂ ਪੁਸਤਕਾਂ ਅਤੇ ਅਧਿਆਪਕ ਵਰਗ ਹੀ ਬਣਦਾ, ਤੇ ਫਿਰ ਉਹੀ ਲੋਕ ਪੜ੍ਹੇ ਲਿਖੇ ਧਰਮ ਦੇ ਮਸਲੇ 'ਚ ਕਹਿਣਗੇ ਕਿ ਬਦਲਾਉ ਚਾਹੀਦਾ। ਇੱਕ ਸੰਸਾਰੀ ਵਿੱਦਿਆ ਤੇ ਇੱਕ ਧਾਰਮਿਕ ਵਿੱਦਿਆ, ਦੋਵਾਂ ਦੀ ਆਪੋ ਆਪਣੀ ਅਹਿਮੀਅਤ ਆ। ਇੱਕ ਜਥੇਦਾਰਨੀ ਜੀ, ਫਰਕ ਇਹ ਹੈ ਕਿ ਸੰਸਾਰੀ ਵਿੱਦਿਆ ਵਿੱਚ ਪੜ੍ਹਿਆ ਲਿਖਿਆ ਇਨਸਾਨ ਚੰਗੇ ਜੀਵਨ ਵਾਲਾ ਵੀ ਹੈ ਅਤੇ ਐਬੀ ਵੈਲੀ ਵੀ, ਧਰਮੀ ਵੀ ਹੈ ਤੇ ਅਧਰਮੀ ਵੀ। ਪਰ ਦੂਜੇ ਪਾਸੇ ਅਸੀਂ ਗੁਰਮਤ ਦੇ ਧਾਰਨੀਆਂ ਤੋਂ ਸਿਰਫ ਚੰਗਿਆਈ ਦੀ ਆਸ ਰੱਖਦੇ ਹਾਂ, ਦੂਜੀ ਨਹੀਂ। ਭੈਣ ਜੀ, ਇੱਥੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਪੜ੍ਹੇ ਲਿਖੇ ਭਾਵ ਅਕਾਦਮਿਕ ਪੱਧਰ ਵਾਲੇ ਲੋਕਾਂ ਨੇ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕਰਨਾ ਆ, ਚਾਹੇ ਉਹ ਕਿਸੇ ਵੀ ਧਰਮ, ਜਾਤ ਜਾਂ ਨਸਲ ਨਾਲ ਸੰਬੰਧਿਤ ਕਿਉਂ ਨਾ ਹੋਣ। ਬਸ ਇਹੋ ਹੀ ਸਾਡੀ ਨੈਸ਼ਨਲ ਪੱਧਰ ਦੀ ਗਿਰਾਵਟ ਦਾ ਜ਼ਿੰਮੇਵਾਰ ਆ। ਧਰਮੀ ਵੀ ਸੰਸਾਰੀ ਬੰਦਾ ਆ, ਤੇ ਸੰਸਾਰੀ ਬੰਦੇ ਦਾ ਵੀ ਕੋਈ ਧਰਮ ਹੋਣਾ ਚਾਹੀਦਾ। ਆ 15 ਅਗਸਤ, 26 ਜਨਵਰੀ ਦੇ ਆਜ਼ਾਦੀ ਦਿਵਸਾਂ ਉੱਪਰ ਸਕੂਲ ਵਿਦਿਆਰਥੀਆਂ ਦਾ ਇੱਕ ਧੱਕੇ ਨਾਲ ਕੀਤਾ ਇਕੱਠ ਹੁੰਦਾ, ਭਲਾ ਇੰਨੀਆਂ ਕੁਰਬਾਨੀਆਂ ਨਾਲ ਲਈ ਆਜ਼ਾਦੀ ਪ੍ਰਤੀ ਆਮ ਜਨਤਾ ਵਿੱਚ ਉਤਸ਼ਾਹ ਕਿਉਂ ਨਹੀਂ ਹੈ? ਕਿਉਂਕਿ ਮੁੱਖ ਮਹਿਮਾਨ ਦੇ ਰਟੇ ਰਟਾਏ ਭਾਸ਼ਣ, ਕੁਰਬਾਨੀ ਪ੍ਰਤੀ ਜਜ਼ਬੇ ਦੀਆਂ ਗੱਲਾਂ, ਪਰ ਅਮਲੀ ਜੀਵਨ ਨਿਰਾ ਢੋਲ ਚਪੋਲ। ਇਸੇ ਲਈ 10 ਵੱਡੇ ਭ੍ਰਿਸ਼ਟ ਦੇਸ਼ਾਂ ਵਿੱਚ ਸਾਡਾ ਅਹਿਮ ਸਥਾਨ ਹੈ ਤੇ ਘਪਲੇ ਅਤੇ ਘੁਟਾਲਿਆਂ ਦਾ ਦੂਜਾ ਨਾਂ ਭਾਰਤ ਹੈ। ਪਰ ਜਥੇਦਾਰਨੀ ਜੀ, ਆਪਾਂ ਤਾਂ ਗੱਲ ਗੁਰਮਤ ਇਨਕਲਾਬ ਦੀ ਕਰ ਰਹੇ ਸੀ ਕਿ ਕਿਸ ਬਦਲਾਅ ਨਾਲ ਆ ਸਕਦਾ ਹੈ।
ਇਹ ਪਿਆਰਿਆ ਕਿਸੇ ਟੋਏ ਦਾ ਪਾਣੀ ਨਹੀਂ ਕਿ ਪੁਰਾਣਾ ਬਾਲਟੀਆਂ ਭਰ ਕੇ ਬਾਹਰ ਕੱਢ ਦਿਓ ਤੇ ਨਵਾਂ ਭਰਵਾ ਲਾਂਗੇ। ਇਹ ਹਰ ਸਿੱਖ ਦੀ ਸੋਚ ਵਿੱਚ ਵਿਚਾਰ ਤੇ ਗਿਆਨ ਕਰਕੇ ਹੀ ਆਵੇਗਾ ਤੇ ਇਸ ਲਈ ਸਾਨੂੰ ਲੋਕਾਂ ਨੂੰ ਪ੍ਰੇਰਨਾ ਚਾਹੀਦਾ ਹੈ। ਪਰ ਜਥੇਦਾਰਨੀ ਜੀ, ਪ੍ਰੇਰਨਾ ਕਿਸਨੇ ਹੈ? ਇੱਥੇ ਹਰ ਨਾਨਕ ਨਾਮ ਲੇਵਾ ਦੀ ਜ਼ਿੰਮੇਵਾਰੀ ਬਣਦੀ ਹੈ। ਜਿਵੇਂ ਮੁਲਕਾਂ ਦੀਆਂ ਸਰਹੱਦਾਂ ਤੇ ਦੁਸ਼ਮਣਾਂ ਤੋਂ ਰਾਖੀ ਫੌਜਾਂ ਕਰਦੀਆਂ ਤੇ ਇੱਧਰ ਖਾਲਸਾ ਅਕਾਲ ਪੁਰਖ ਦੀ ਫੌਜ ਆ, ਜੇਕਰ ਇਸ ਦਾ ਹਰ ਚੇਤਨ ਸਿਪਾਹੀ ਆਪਣੇ ਸਿਧਾਂਤਾਂ ਤੇ ਡਟ ਕੇ ਪਹਿਰਾ ਦੇਵੇ ਤੇ ਦੁਨੀਆ ਸਾਹਮਣੇ ਆਪਣੇ ਆਪ ਨੂੰ ਮਾਡਲ ਬਣਾ ਕੇ ਪੇਸ਼ ਕਰੇ ਤਾਂ ਇਹੋ ਪ੍ਰਾਪਤੀ ਆ। ਕਿਸੇ ਇੱਕ ਸਭਾ, ਸੋਸਾਇਟੀ ਜਾਂ ਕਮੇਟੀ ਉੱਪਰ ਦੋਸ਼ ਮੜੀ ਜਾਣ ਨਾਲੋਂ ਸਾਨੂੰ ਸਾਰਿਆਂ ਰਲ ਕੇ ਉਸਾਰੂ ਕੰਮ ਕਰਨਾ ਚਾਹੀਦਾ ਆ। ਜਥੇਦਾਰਨੀ ਜੀ, ਕਈ ਵਾਰੀ ਇੰਜ ਜਾਪਦਾ ਕਿ ਅਸੀਂ ਗੁਰੂ ਸਾਹਿਬਾਨਾਂ ਦੇ ਦੱਸੇ ਮਾਰਗ ਤੋਂ ਭਟਕ ਗਏ ਹਾਂ। ਵਿਖਾਵੇ ਦਾ ਧਰਮ ਤੇ ਹੈ, ਪਰ ਰੋਜ਼ਾਨਾ ਦੇ ਜੀਵਨ ਵਿੱਚ ਨਹੀਂ। ਗੱਲ ਫਿਰ ਉੱਥੇ ਹੀ ਆ ਜਾਣੀ ਆ ਕਿ ਜੇਕਰ ਕੋਈ ਸਹੀ ਰਾਹ ਤੋਂ ਭਟਕ ਜਾਵੇ ਨਾ, ਉਸ ਨੂੰ ਗਿਆਨ ਅਤੇ ਵਿਚਾਰ ਨਾਲ ਰਸਤਾ ਦਿਖਾਓ ਜਾਂ ਫਿਰ ਖੁਦ ਸਹੀ ਮਾਰਗ ਤੇ ਚੱਲ ਕੇ ਦਿਖਾਓ ਤਾਂ ਕਿ ਉਹ ਵੀ ਤੁਹਾਡੀ ਰੀਸ ਨਾਲ ਚੱਲ ਪਵੇ। ਬਸ ਏਦਾਂ ਦੀਆਂ ਹੀ ਕੁਝ ਘਾਟਾਂ ਜੋ ਕੁਰੀਤੀਆਂ ਜੋ ਆਮ ਆਦਮੀ ਨੂੰ ਰੜਕਦੀਆਂ ਨੇ, ਉਹਨਾਂ ਨੂੰ ਸਮਾਜਿਕ ਪ੍ਰਵਾਨਗੀ ਦੀ ਮੋਹਰ ਵੀ ਲੱਗ ਚੁੱਕੀ ਆ, ਜਿਵੇਂ ਕਿ ਸ਼ਰਾਬ, ਰਿਸ਼ਵਤ, ਹੇਰਾਫੇਰੀ, ਪਦਾਰਥਵਾਦੀ ਦੌੜ, ਵੱਧ ਤੋਂ ਵੱਧ ਧਨ ਦੀ ਲਾਲਸਾ। ਇਹ ਤਾਂ ਠੀਕ ਹੈ ਕਿ ਜਦੋਂ ਸਮਾਜਿਕ ਰੁਤਬਾ ਮਾਇਆ ਦੇ ਪੱਲੜੇ ਸਮਾਨ ਤੋਲਿਆ ਜਾਵੇ ਤਾਂ ਦੁਨੀਆਂ ਵਿੱਚ ਕੋਈ ਵਿਰਲਾ ਇਨਸਾਨ ਹੀ ਹੁੰਦਾ ਜਿਹੜਾ ਮਾਇਆ ਦੇ ਮੋਹ ਤੋਂ ਬਚਿਆ ਹੋਵੇ। ਹਾਂ, ਇੱਥੇ ਧਰਮ ਆਪਣੀ ਥਾਂ ਹੋਕਾ ਦੇ ਰਿਹਾ ਕਿ ਪਾਪਾਂ ਬਾਜੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਏ। ਇਹ ਮਾਇਆ ਪਾਪ ਝੂਠ ਧੋਖੇ ਤੋਂ ਬਿਨਾਂ ਇਕੱਠੀ ਵੀ ਨਹੀਂ ਹੁੰਦੀ ਤੇ ਮੋਇਆ ਦੇ ਨਾਲ ਵੀ ਧੇਲਾ ਨਹੀਂ ਜਾਣਾ। ਜਿਵੇਂ ਕਿ ਛੇਵੇਂ ਪਾਤਸ਼ਾਹ ਨੇ ਗੁਜਰਾਤ ਦੇ ਫਕੀਰ ਨੂੰ ਕਿਹਾ ਹੈ ਕਿ ਔਰਤ, ਇਮਾਨ, ਦੌਲਤ, ਗੁਜਰਾਨ ਇਹ ਗੁਜ਼ਾਰੇ ਲਈ ਲੋੜੀਂਦੀ ਨੇ, ਪਰ ਜੇਕਰ ਕੋਈ ਬੈਂਕ ਲਾਕਰਾਂ ਵਿੱਚੋਂ ਨੋਟਾਂ ਦੀਆਂ ਬੋਰੀਆਂ ਭਰ ਲਵੇ ਤਾਂ ਪੰਜਾਬ ਦੀ ਲੀਡਰਸ਼ਿਪ ਦੀ ਲਾਲਸਾ ਤੇ ਭਟਕਣਾ ਸਾਹਮਣੇ ਦੇਖੀਏ, ਜੋ ਸਭਨਾ ਦਾ ਹਸ਼ਰ ਹੋਇਆ ਉਹ ਵੀ ਕਿਸੇ ਤੋਂ ਛੁਪਿਆ ਨਹੀਂ। ਜਥੇਦਾਰਨੀ ਜੀ, ਮੈਂ ਕਿਹਾ ਕਿ ਕਾਨੂੰਨੀ ਜੀਵਨ ਬਦਲੇਗਾ ਜਾਂ ਸਮਾਜ ਨੂੰ ਧਰਮ ਦੇ ਨਾਲ ਸਿੱਖਿਅਤ ਕੀਤਾ ਜਾ ਸਕਦਾ ਹੈ? ਦੇਖੋ, ਧਰਮ ਇੱਕ ਰੱਬੀ ਕਾਨੂੰਨ ਜਾਂ ਲਾ ਹੈ। ਬਸ ਫਰਕ ਕਹਿਣਾ ਹੈ ਕਿ ਧਰਮ ਵਿੱਚ ਸਜ਼ਾ ਕਾਨੂੰਨ ਵਰਗੀ ਨਹੀਂ, ਇਹਦੇ ਲਾਗੂ ਕਰਨ ਦਾ ਆਧਾਰ ਡੰਡਾ ਨਹੀਂ ਸਗੋਂ ਗਿਆਨ ਅਤੇ ਵਿਚਾਰ ਹੈ। ਇਸ ਜੀਵਨ ਜਾਚ ਦੀ ਰਮਸ ਤੇ ਸਿਆਣਪ ਨੂੰ ਜੋ ਸਮਝ ਗਿਆ ਉਹ ਤਰ ਗਿਆ। ਕਿਰਤ ਕਰਨੀ, ਨਾਮ ਜਪਣਾ, ਖਾਣਾ ਪੀਣਾ, ਪਹਿਨਣਾ ਸੌਣਾ, ਜਾਗਣਾ, ਦਇਆ, ਪਰਉਪਕਾਰ, ਨਿਮਰਤਾ, ਵੀਰਤਾ, ਸੇਵਾ ਭਾਵਨਾ, ਇਸ ਦੀ ਮਹਾਨਤਾ ਧਰਮ ਦੱਸਦਾ, ਪਰ ਪ੍ਰਤੱਖ ਰੂਪ ਲੁਕਾਈ ਚੋਂ ਪ੍ਰਗਟ ਹੋਣਾ। ਫਰਜ਼ ਕਰੋ ਕਿ ਇੱਕ ਡੂੰਘਾ ਟੋਇਆ ਹੈ ਤੇ ਕਹਿੰਦੇ ਵੀ ਸਾਰੇ ਆ ਕਿ ਇਹ ਪੂਰਨਾ ਚਾਹੀਦਾ, ਪਰ ਪਹਿਲ ਕੋਈ ਨਹੀਂ ਕਰਦਾ। ਜੇਕਰ ਕੁਝ ਗੁਰਮਤ ਦੇ ਧਾਰਨੀ ਮਿੱਟੀ ਪਾਉਣੀ ਸ਼ੁਰੂ ਕਰ ਦੇਣ ਤਾਂ ਇੱਕ ਪੰਥ ਦੇ 3 ਕਾਜ ਪੂਰੇ ਹੁੰਦੇ ਆ। ਧਰਮ ਦੀ ਅਹਿਮੀਅਤ ਵੱਧਦੀ, ਸੇਵਾ ਦਾ ਸੰਕਲਪ ਵੀ ਪੂਰਾ ਹੁੰਦਾ ਤੇ ਲੋਕ ਸਮੱਸਿਆਵਾਂ ਦਾ ਹੱਲ ਵੀ ਹੈ। ਤੇ ਇਸੇ ਤਰ੍ਹਾਂ ਦਾਜ ਦਹੇਜ ਦੇ ਮਸਲੇ, ਕਿਸਾਨੀ ਦੇ ਮਸਲੇ ਤੇ ਔਕੜਾਂ ਸਮੇਂ ਸਿੱਖ ਜਥੇਬੰਦੀ ਨੂੰ ਸੱਚ ਤੇ ਜ਼ਰੂਰ ਡਟਣਾ ਚਾਹੀਦਾ ਹੈ। ਵੈਸੇ ਜਥੇਦਾਰਨੀ ਜੀ, ਕਈ ਸਭਾ ਸੁਸਾਇਟੀਆਂ ਦੇ ਵੀਰ ਇਹ ਕਾਰਜ ਕਰ ਵੀ ਰਹੇ ਹਨ। ਗੁਰੂ ਪਿਆਰਿਆ, ਉਹਨਾਂ ਲਈ ਬਹੁਤ ਚੰਗੀ ਗੱਲ ਹੈ, ਕਿਉਂਕਿ ਸਰਬੱਤ ਦੇ ਭਲੇ ਦੀ ਅਰਦਾਸ ਤੋਂ ਬਾਅਦ ਸਰਬੱਤ ਦੀਆਂ ਸਮੱਸਿਆਵਾਂ ਦਾ ਬੋਝ ਤੇ ਦੁੱਖ ਵੰਡਾਉਣ ਲਈ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਤੇ ਇਸ ਦੀ ਇੱਕ ਛੋਟੀ ਜਿਹੀ ਉਦਾਹਰਣ ਇਹ ਹੈ ਕਿ ਪੰਜਾਬ ਵਿੱਚ ਗੁਰਮਤ ਵਿਰੋਧੀ ਪ੍ਰਚਾਰ ਕਰ ਰਹੇ ਦੇਹਧਾਰੀ ਗੁਰੂ ਡਾਮ ਦੀ ਪੂਰੀ ਸਹਾਇਤਾ ਕਈ ਥਾਈਂ ਸਿੱਖ ਕਰਦੇ ਆ। ਜੇਕਰ ਉਹਨਾਂ ਦੇ ਮਨਾਂ ਵਿੱਚ ਗੁਰਮਤ ਪ੍ਰਤੀ ਸਪਸ਼ਟਤਾ ਹੋਵੇ ਤਾਂ ਉਹ ਗਲਤ ਲੋਕਾਂ ਦੀ ਪੇਟ ਤੇ ਨਹੀਂ ਖੜਨਗੇ,
ਸਗੋਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਗੁਰਸਿੱਖਾਂ ਦੇ ਨਾਲ ਆਉਣਗੇ। ਘੱਟੋ ਘੱਟ ਸਹੀ ਇਨਸਾਫ ਤਾਂ ਹੋਵੇਗਾ, ਨਹੀਂ ਤਾਂ ਸਰਬੱਤ ਦਾ ਭਲਾ ਚਾਹੁਣ ਵਾਲੀ ਕੌਮ ਨਾਲ ਥਾਂ ਥਾਂ ਅਨਿਆ ਹੋਵੇਗਾ। ਕੌਮ ਨੂੰ ਲੋੜ ਆ ਧਰਮੀ ਡਾਕਟਰਾਂ, ਇੰਜੀਨੀਅਰਾਂ, ਅਫਸਰਾਂ, ਨੇਤਾਵਾਂ, ਕਰਮਚਾਰੀਆਂ, ਅਧਿਆਪਕਾਂ ਅਤੇ ਧਰਮੀ ਲੋਕਾਂ ਦੀ। ਗੁਰਮਤ ਵਿੱਚ ਦੱਸੀ ਜੀਵਨ ਜਾਂਚ ਦਾ ਨਾਂ ਹੀ ਗੁਰਮਤ ਇਨਕਲਾਬ ਹੈ, ਜੋ ਸਾਡੀ ਜੀਵਨ ਸ਼ੈਲੀ ਚੋਂ ਪ੍ਰਤੱਖ ਪ੍ਰਗਟ ਹੋਣਾ ਹੈ ਤੇ ਸਾਨੂੰ ਘਰ ਘਰ ਇਹ ਆਵਾਜ਼ ਪਹੁੰਚਾਉਣੀ ਪਵੇਗੀ। ਆਓ ਦੇਸ਼ ਖੁਸ਼ਹਾਲ ਬਣਾਈਏ, ਬਾਣੀ ਨਾਲ ਪਿਆਰ ਪਾਈਏ, ਗੁਰਮਤ ਰਾਹੀਂ ਇਨਕਲਾਬ ਲਿਆਈਏ, ਗੁਰਮਤ ਰਾਹੀਂ ਇਨਕਲਾਬ ਲਿਆਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।